ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀ ਤਾਂਸੀ ਜੀ ਸਤਗੁਰੂ ਪ੍ਰਤਾਪ ਸਿੰਘ ਜੀ ਤਾਂਸੀ ਜੀ ਸਤਗੁਰੂ ਜਗਜੀਤ ਸਿੰਘ ਜੀ ਤਾਂਸੀ ਜੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਖੀ ਦਾ ਸਿਰਲੇਖ ਹੈ ਗੁਰਬਾਣੀ ਦੀ ਸੰਭਾਲ 1939 ਵਿੱਚ ਜਦੋਂ ਜਰਮਨੀ ਦੀ ਜੰਗ ਵਿੱਚ ਸੰਸਾਰ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਸੰਸਾਰ ਨੂੰ ਨਸ਼ਟ-ਪ੍ਰਸ਼ਟ ਕਰਨ ਵਿੱਚ ਲੱਗੀਆਂ ਹੋਈਆਂ ਸਨ ਤੇ ਸਾਰੇ ਪਾਸੇ ਬਰਬਾਦੀ ਦੇ ਵੱੱਲ ਮੰਡਰਾ ਰਹੇ ਸਨ ਤੇ ਸ਼੍ਰੀ ਸਾਗੂ ਪ੍ਰਤਾਪ ਸਿੰਘ ਜੀ ਨੇ ਸੂਬਾ ਗੰਢਾ ਸਿੰਘ ਜੀ ਨੂੰ ਲਾਹੌਰ ਬੁਲਾਇਆ ਸਾਧਗੁਰ ਜੀ ਨੇ ਹੁਕਮ ਕੀਤਾ ਤੈਨੂੰ ਦਿਸਦਾ ਨਹੀਂ ਚਾਰੇ ਪਾਸੇ ਖਤਰਾ ਹੀ ਖਤਰਾ ਹੈ ਤੂੰ ਆਪਣਾ ਬਾਲ ਬੱਚਾ ਲੈ ਕੇ ਸ਼੍ਰੀ ਪੈਣੀ ਸਾਇ ਪਹੁੰਚ ਜਾ ਸਾਧਗੁਰ ਜੀ ਦੇ ਹੁਕਮ ਦੀ ਪਾਲਣਾ ਕੀਤੀ ਗਈ ਕੀ ਸੂਬਾ ਜੀ ਆਪਣੇ ਬਾਲ ਬੱਚੇ ਨੂੰ ਲੈ ਕੇ ਸ੍ਰੀ ਪੈਣੀ ਸਾਹਿਬ ਪਹੁੰਚ ਗਏ। ਉੱਥੇ ਪਹੁੰਚ ਕੇ ਸੂਬਾ ਜੀ ਨੇ ਸਾਧਗੁਰ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਸੱਚੇ ਬਾਦਸ਼ਾਹ ਜੀ ਅਸੀਂ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ। ਇਸ ਦੇ ਵਾਸਤੇ ਅਸੀਂ ਆਪਣੇ ਰਾਸ਼ਨ ਦਾ ਪ੍ਰਬੰਧ ਕਰ ਲਿਆ ਹੈ। 10-12 ਦਿਨਾਂ ਪਿੱਛੋਂ ਸਾਗੂ ਪ੍ਰਤਾਪ ਸਿੰਘ ਜੀ ਨੇ ਆਪ ਜੀ ਨੂੰ ਹੁਕਮ ਕੀਤਾ ਤੁਸੀਂ ਆਪਣੇ ਬਾਲ ਬੱਚੇ ਸਮੇਤ ਸੁਕੇਤ ਮੰਡੀ ਪਹੁੰਚ ਜਾਓ। ਕਿਉਂਕਿ ਉਹ ਜੰਗ ਦੇ ਖਤਰਿਆਂ ਤੋਂ ਦੂਰ ਹੈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਗੂ ਰਾਮ ਸਿੰਘ ਜੀ ਵਾਲਾ ਗ੍ਰੰਥ ਸਾਹਿਬ ਤੇ ਹੋਰ ਬੀੜਾ ਸੰਭਾਲ ਕੇ ਰੱਖਿਆ ਜਾਣ ਮੰਡੀ ਇੰਨਾ ਖਤਰਿਆਂ ਤੋਂ ਪਰੇ ਹੈ ਮੰਡੀ ਜਾਣ ਵਾਸਤੇ ਸਚੇ ਪਾਤਸ਼ਾਹ ਜੀ ਨੇ ਆਪਣਾ ਟਰੱਕ ਨਾਲ ਦਿੱਤਾ ਅਤੇ ਬੜੀ ਸਤਕਾਰ ਸਹਿਤ ਸੁਭਾ ਜੀ ਗ੍ਰੰਥ ਸਾਹਿਬ ਦੀਆਂ ਬੀੜਾ ਨੂੰ ਸੰਭਾਲ ਕੇ ਲੈ ਗਏ ਇੱਕ ਮਾਲੀ ਇਕ ਸੁੰਦਰ ਫੁੱਲਵਾੜੀ ਰੱਖਣ ਲਈ ਇੰਝ ਹੀ ਜਤਨਸ਼ੀਲ ਰਹਿੰਦਾ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਜੀਵਨਗਰ ਵਿਖੇ ਇੱਕ ਦਿਨ ਟੀਬੇ ਵਾਲੇ ਖੂਹ ਤੇ ਪੰਪ ਫਿਟ ਕਰਨ ਦਾ ਪ੍ਰੋਗਰਾਮ ਬਣਿਆ ਸਾਗੂ ਪ੍ਰਤਾਪ ਸਿੰਘ ਜੀ ਜੀਪ ਤੇ ਸੁਭਾਜੀ ਨੂੰ ਤੇ ਰਤਨ ਸਿੰਘ ਜੀ ਨੂੰ ਨਾਲ ਲੈ ਕੇ ਖੂਹ ਵਾਲੇ ਪਾਸੇ ਚੱਲ ਪਏ ਜੀਪ ਨੂੰ ਨਹਿਰ ਦੇ ਪੁਲ ਤੇ ਖੜਾ ਕਰਕੇ ਸਤਗੁਰ ਜੀ ਨੇ ਸੁਭਾਜੀ ਨੂੰ ਨਾਲ ਲਿਆ ਤੇ ਪੈਦਲ ਤੁਰਨਾ ਸ਼ੁਰੂ ਕਰ ਦਿੱਤਾ ਰਸਤੇ ਵਿੱਚ ਤੁਰਦਿਆਂ ਤੁਰਦਿਆਂ ਸੁਭਾ ਗੰਡਾ ਸਿੰਘ ਜੀ ਨੇ ਅਰਜ਼ੀ ਕੀਤੀ ਸੱਚੇ ਬਾਦਸ਼ਾਹ ਜੀ ਜਿਹੜਾ ਅਜੀਤੇ ਰੰਧਾਵੇ ਦੀ ਸਾਖੀ ਵਿੱਚ ਲਿਖਿਆ ਹੋਇਆ ਹੈ ਕਿ 70 ਜਾਮੇ ਭਗਤ ਜਨ 14 ਸਤਗੁਰੂ ਰਾਏ ਇਸ ਤੋਂ ਕੀ ਭਾਵ ਹੈ ਕਿਰਪਾ ਕਰਕੇ ਸਮਝਾਓ ਜੀ ਸਾਧਗੁਰੂ ਜੀ ਨੇ ਉੱਤਰ ਦਿੱਤਾ ਇਸ ਦਾ ਭਾਵੇਂ ਹੈ ਕਿ 14 ਗੁਰੂ ਰਾਏ ਭਾਵ ਬਾਦਸ਼ਾਹ ਹੋ ਕੇ ਵਰਤਣਗੇ ਤੇ 70 भगत ਰੂਪ ਆਪ ਜੀ ਨੇ ਫਿਰ ਪੁੱਛਿਆ ਸੱਚੇ ਪਾਤਸ਼ਾਹ ਜੀ ਹੁਣ ਕਿੰਨੇ ਗੁਰਾਏ ਗੁਰੂ ਹੋ ਚੁੱਕੇ ਹਨ ਸਾਧਗੁਰੂ ਜੀ ਨੇ ਉੱਤਰ ਦਿੱਤਾ ਇੱਕ ਹਰਗੋਬਿੰਦ ਸਾਹਿਬ ਤੇ ਇੱਕ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਗੁਰੂ ਤਨ ਤਨ ਗੁਰ ਗੁਰ ਸਤਗੁਰ ਪਾਧਾ ਜਿਨਹਰ ਉਪਦੇਸ਼ ਦੇ ਕੀਏ ਸਿਆਣੇ ਇੱਕ ਦਿਨ ਜੀਵਨਗਰ ਆਪਣੀ ਕੋਠੀ ਵਿਖੇ ਵੱਡੇ ਬਰਾਂਡੇ ਵਿੱਚ ਸਾਧਗੂ ਪ੍ਰਤਾਪ ਸਿੰਘ ਜੀ ਬਿਰਾਜਮਾਨ ਸਨ ਸੁਭਾ ਗੰਡਾ ਸਿੰਘ ਜੀ ਨੂੰ ਸਾਧਗੁਰ ਜੀ ਨੇ ਹੁਕਮ ਕੀਤਾ ਮਿਸਤਰੀ ਜੀ ਕਾਕਿਆ ਨਾਲ ਤੁਹਾਡਾ ਬੜਾ ਪਿਆਰ ਹੈ ਵੱਡੇ ਕਾਕੇ ਦੇ ਵਿਆਹ ਨੂੰ ਕਈ ਸਾਲ ਹੋ ਚੁਕੇ ਹਨ ਪਰ ਕੋਈ ਸੰਤਾਨ ਨਹੀਂ ਹੋਈ ਤੁਸੀਂ ਜਾ ਕੇ ਉਨ੍ਹਾਂ ਨੂੰ ਪੁੱਛ ਲਵੋ ਜੇ ਰਾਜੀ ਹੋ ਜਾਂ ਤਾਂ ਦੂਸਰਾ ਵਿਆਹ ਕਰਦੇ ਵੀ ਹੈ ਵੱਡੇ ਕਾਕਾ ਜੀ ਨੇ ਸਾਗੁਰ ਜਗਜੀਤ ਸਿੰਘ ਜੀ ਕੋਠੀ ਦੇ ਅੰਦਰ ਸਨ ਹੁਕਮ ਅਨੁਸਾਰ ਸੂਬਾ ਜੀ ਨੇ ਵੱਡੇ ਕਾਕਾ ਜੀ ਦੇ ਚਰਣਾ ਵਿੱਚ ਸੁਨੇਹਾ ਦੇ ਦਿੱਤਾ ਸਾਧਗੁਰ ਜੀ ਨੇ ਅੱਗੇ ਉੱਤਰ ਦਿੱਤਾ ਮੇਰਾ ਦੂਜਾ ਵਿਆਹ ਜੋ ਕਰਦੇ ਨੇ ਇਹਦੇ ਵਿੱਚੋਂ ਹੀ ਕਿਉਂ ਨਹੀਂ ਸੰਤਾਨ ਦੇਂਦੇ ਸੂਬਾ ਜੀ ਨੇ ਐਂ ਜੀ ਆ ਕੇ ਸਾਗੁਰ ਪ੍ਰਤਾਪ ਸਿੰਘ ਜੀ ਅੱਗੇ ਅਰਜ਼ ਕਰ ਦਿੱਤੀ ਸਾਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਬੀਬੀ ਚਾਨਕੌਰ ਦੇ ਹੀ ਕਿਰਪਾ ਕਰੋ ਜੀ ਅਗੋ ਸਾਗੂ ਪ੍ਰਤਾਪ ਸਿੰਘ ਜੀ ਚੁੱਪ ਕਰ ਰਹੇ ਇੰਜ ਲੱਗਾ ਜਿਵੇਂ ਅਰਜ ਪ੍ਰਵਾਨ ਹੋ ਗਈ ਹੋਵੇ ਕੁਝ ਸਮੇਂ ਪਿਛੋਂ ਹੀ ਬੀਬਾ ਜੀ ਨੇ ਜਨਮ ਲੈ ਕੇ ਖੁਸ਼ੀਆਂ ਦੀ ਮਿੱਠੀ ਮਿੱਠੀ ਫੁਹਾਰ ਲੈ ਆਂਦੀ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੀ ਸਾਹਿਬ ਕਾ ਪਰਵਾਸਾ ਸਾਗੂ ਪ੍ਰਤਾਪ ਸਿੰਘ ਜੀ ਦਾ ਸਰੀਰ ਕੁਝ ਢੀਲਾ ਜਾ ਰਹਿਣ ਲੱਗ ਪਿਆ ਸੇਵਕ ਜਨ ਆਪਣੇ ਪਿਆਰੇ ਪ੍ਰੀਤਮ ਦੀ ਦੇਹ ਰੋਗਤਾ ਵਾਸੇ ਪਾਠ ਅਦਾਸ ਕਰਨ ਵਿੱਚ ਜੁਟ ਗਏ ਸੰਤ ਗੰਡਾ ਸਿੰਘ ਜੀ ਨੂੰ ਵੀ 사ਤਗੁਰ ਜੀ ਦੀ ਦੇਹ ਰੋਗਤਾ ਬਾਰੇ ਪਤਾ ਲੱਗਾ ਸੁਣਦਿਆਂ ਸਾਰੇ 사ਤਗੁਰ ਜੀ ਦੇ ਦਰਸ਼ਨਾ ਨੂੰ ਤੁਰ ਪਏ ਸਚਿਪਾਸ਼ ਜੀ ਉਹ ਨਦੀ ਨੇ ਵਿਸ਼ੇ ਸ਼ਹਿਰ ਮੰਡੀ ਦੇ ਪਾਸ ਵਗਦੇ ਦਰਿਆ ਬਿਆਸ ਵਿੱਚ ਇੱਕ ਵੱਡੇ ਤੇ ਸਮਤਲ ਪੱਥਰ ਤੇ ਬਹਿ ਕੇ ਨਾਮ ਸਿਮਰਨ ਕਰਿਆ ਕਰਦੇ ਸਨ ਜਦੋਂ ਸੂਬਾਜੀ ਮੰਡੀ ਪਹੁੰਚੇ ਉਸ ਵੇਲੇ ਸ਼੍ਰੀ ਸਾਧਗੁਰੂ ਜੀ ਉਸ ਪੱਥਰ ਤੇ ਬਿਰਾਜਮਾਨ ਸਨ ਆਪ ਜੀ ਨੇ ਆਪਣੇ ਪਿਆਰੇ ਪ੍ਰੀਤਮ ਸਾਧਗੁਰੂ ਜੀ ਨੂੰ ਨਮਸਕਾਰ ਕੀਤੀ ਇਸ ਤੋਂ ਉਪਰੰਤ ਸਾਧਗੁਰੂ ਜੀ ਨੇ ਦਰਿਆ ਦੇ ਕਿਨਾਰੇ ਬਣੀ ਹੋਈ ਕੋਠੀ ਅੰਦਰ ਬੈ ਕੇ ਪ੍ਰਸ਼ਾਦਾ ਚੱਕਿਆ ਤੇ ਫਿਰ ਸ਼ਾਮ ਦਾ ਨਿਤਨੇਮ ਸ਼ੁਰੂ ਕਰ ਦਿੱਤਾ ਨਿਤਨੇਮ ਕਰਦੇ ਆ ਕਰਦੇ ਆ ਸਾਧਗੁਰੂ ਜੀ ਆਪਣੀਆਂ ਲੱਤਾਂ ਨਿਸਲ ਕਰਦੇ ਤੇ ਕਦੇ ਇਕੱਠੀਆਂ ਕਰਦੇ ਫਿਰ ਕਹਿਣ ਲੱਗੇ ਮਿਸਤਰੀ ਜੀ ਅਸੀਂ ਜਵਾਨੀ ਵਿੱਚ ਇਸ ਸਰੀਰ ਤੋਂ ਬਹੁਤ ਕੰਮ ਲਿਆ ਹੋਇਆ ਹੈ ਦੂਸਰੇ ਦਿਨ ਫੇਰ ਨੇ ਇਤਨੇ ਮਾਦ ਕਰਕੇ ਹਲਕਾ ਜਿਹਾ ਪ੍ਰਸ਼ਾਦਾ ਚੱਕਿਆ ਰਤਨ ਸਿੰਘ ਲਾਂਗਰੀ ਨੇ ਥੋੜੇ ਸਮੇਂ ਪਿੱਛੇ ਪੰਜ ਆਂਬ ਲਿਆ ਕੇ ਰੱਖ ਦਿੱਤੇ ਇਹ ਕੰਮ ਸੂਬਾ ਜੀ ਨੂੰ ਦਿਂਦੇ ਹੋਏ ਸ੍ਰੀ ਸਰਗੁਰ ਜੀ ਨੇ ਫੁਰਮਾਇਆ ਵੇਖੋ ਮਿਸਤਰੀ ਜੀ ਇਹਨਾਂ ਮਦਰਾਸ ਕਿੰਨਾ ਸੁਆਦੀ ਹੈ ਆਮ ਬਚਕਨ ਤੋਂ ਉਪਰੰਤ ਸਾਗੁਰੂ ਜੀ ਨੇ ਬਚਨ ਕੀਤਾ ਅਮਿਸਤਰੀ ਜੀ ਤੁਸੀਂ ਆਇਓ ਤਾਂ ਅਸੀਂ ਅੱਜ ਪ੍ਰਸ਼ਾਦਾ ਵੀ ਛਕਿਆ ਏ ਤੇ ਆਂਬ ਵੀ ਛਕੇ ਹਨ ਤੇ ਫਿਰ ਥੋੜੀ ਦੇਰ ਪਿਛੇ ਹੁਕਮ ਕੀਤਾ ਤੁਸੀਂ ਛੋਟੇ ਕਾਕੇ ਯਾਨੀ ਮਹਾਰਾਜ ਵੀਰ ਸਿੰਘ ਜੀ ਨਾਲ ਚਲੇ ਜਾਓ ਅਸੀਂ ਹੁਣ ਰਾਜੀ ਹਾਂ ਸੁਭਾ ਜੀ ਨੇ ਉੱਤਰ ਦਿੱਤਾ ਗਰੀਬ ਨਿਵਾਜ ਮੈਂ ਜਰਾ ਸੋਚ ਲਵਾਂ ਕੁਝ ਜੀ ਲਈ ਸੁਭਾ ਜੀ ਨੇ ਸੋਚਿਆ ਕਿ ਸੱਚੇ ਪਾਤਸ਼ਾਹ ਜੀ ਫੁਰਮਾ ਰਹੇ ਹਨ ਕਿ ਉਹ ਰਾਜੀ ਹਨ ਕਿ ਦੂਸਰਾ ਮਹਾਰਾਜ ਵੀਰ ਸਿੰਘ ਜੀ ਨਾਲ ਜਾਣ ਵਿੱਚ ਆਰਾਮ ਵੀ ਰਹੇਗਾ ਐ ਸੋਚ ਕੇ ਸੂਬਾ ਜੀ ਨੇ ਦਿੱਲੀ ਵਾਪਸ ਜਾਣ ਦਾ ਪ੍ਰੋਗਰਾਮ ਬਣਾ ਲਿਆ ਐਨੀਆਂ ਚਿਰ ਵੀ ਸਾਧਗੁਰ ਸੱਚਾ ਪਾਤਸ਼ਾਹ ਜੀ ਨੇ ਹੁਕਮ ਕੀਤਾ ਮਿਸਤਰੀ ਜੀ ਜਿੰਨੀ ਦੇਰ ਤੁਸੀਂ ਇੱਥੇ ਹੋ ਸੰਕੇਤ ਸਿੰਘ ਜੀ ਚਵਿੰਡੇ ਵਾਲਿਆਂ ਦੇ ਬਚਨ ਸੁਣਾਓ ਸੂਬਾ ਜੀ ਨੇ ਚਵਿੰਡੇ ਵਾਲਿਆਂ ਦੇ ਬਚਨ ਸਾਧਗੁਰ ਜੀ ਨੂੰ ਸੁਣਾਣੇ ਸ਼ੁਰੂ ਕਰ ਦਿੱਤੇ ਥੋੜੀ ਦੇਰ ਪਿੱਛੋਂ ਮਹਾਰਾਜ ਬੀਰ ਸਿੰਘ ਜੀ ਨੇ ਘਾਰ ਦਾ ਹਾਰਨ ਵਜਾਇਆ ਤੇ ਸੁਭਾਜੀ ਨੇ ਸੀ ਸਾਧਗੁਰੂ ਜੀ ਕੋਲੋਂ ਆਗਿਆ ਮੰਗੀ ਅਜੀਕ ਹਫਤਾ ਹੀ ਗੁਜ਼ਰਿਆ ਸੀ ਕਿ ਗੁਰਦੇਵ ਸਿੰਘ ਸੱਚੇ ਪਾਤਸ਼ਾਹ ਜੀ ਦੇ ਡਰਾਈਵਰ ਵੱਲੋਂ ਤਾਰ ਆਏ ਸਾਧਗੁਰੂ ਜੀ ਨੇ ਸੁਭਾਜੀ ਨੂੰ ਯਾਦ ਕੀਤਾ ਹੈ ਛੇਤੀ ਸ਼ੀਰੀਪੇਣੀ ਸੇ ਪਹੁੰਚੋ ਰਾਤ ਦੇ 10:30 ਵਜੇ ਦਾ ਸਮਾਂ ਸੀ ਉਸ ਵੇਲੇ ਸ਼ੀਰੀਪੇਣੀ ਸੇ ਜਾਣ ਲਈ ਕੋਈ ਰੇਲਬੱਸ ਸਾਧ ਦਾ ਪ੍ਰਬੰਧ ਨਹੀਂ ਸੀ ਸੂਬਾ ਜੀ ਸਵੇਰੀ ਪਹਿਲੀ ਬਾਸਤੇ ਸ਼੍ਰੀ ਭੈਣੀ ਸਾਹਿਬ ਆਪਣੇ ਪਿਆਰੇ ਦੇ ਦਰਸ਼ਨਾਂ ਨੂੰ ਤੁਰ ਪਏ ਰਸਤੇ ਵਿੱਚ ਗੋਬਿੰਦਗੜ ਬਾਸ ਰੁਕੀ ਤੇ ਉੱਥੇ ਪੰਜ ਸਤ ਨਾਮਧਾਰੀ ਸ਼ਰੀਰ ਉਸੇ ਬਾਸਵੀ ਚਾਕੇ ਸਵਾਰ ਹੋ ਗਏ ਸੂਬਾ ਜੀ ਕੋਲੋਂ ਰਿਆ ਨਾ ਗਿਆ ਪੁੱਛਿਆ ਕਿ ਉਹ ਕਿੱਧਰ ਜਾ ਰਹੇ ਸਨ ਉਹਨਾਂ ਉੱਤਰ ਦਿੱਤਾ ਕਿ ਸ਼੍ਰੀ ਭੈਣੀ ਸਾਹਿਬ ਜਾ ਰਹੇ ਹਨ ਕਿਉਂਕਿ ਸ਼ਿਸਾਗੋ ਪ੍ਰਤਾਪ ਸਿੰਘ ਜੀ ਨੇ ਬੀਤੀ ਰਾਤ ਦੇ 12 ਵਜੇ ਸ਼ਰੀਰ त्याग ਦਿੱਤਾ ਹੈ ਸੁਭਾ ਜੀ ਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਇਹ ਸਭ ਕੁਝ ਜਿਵੇਂ ਝੂਠ ਹੀ ਕਿਹਾ ਗਿਆ ਹੋਵੇ ਖੜੀ ਮੁੜੀ 사ਦਗੁਰ ਜੀ ਦੇ ਆਖਰੀ ਬਚਨ ਮਿਸਤਰੀ ਜੀ ਅੱਸੀ ਹੁਣ ਰਾਜੀ ਹਾਂ ਤੁਸੀਂ ਛੋਟੇ ਕਾਕੇ ਨਾਲ ਚਲੇ ਜਾਓ ਬਾਰ ਬਾਰ ਕੰਨਾਂ ਵਿੱਚ ਗੂੰਜਣ ਲੱਗ ਪਏ ਮਾਨ ਨੇ ਆਪਣੇ ਆਪ ਨੂੰ ਖੋਸਿਆ ਅਗਰ ਸੀ 사ਦਗੁਰ ਜੀ ਨੇ ਭਾਣਾ ਵਰਤਾਣਾ ਹੀ ਸੀ ਤਾਂ ਮੈਂ ਦਿੱਲੀ ਵਾਪਸ ਕਿਉਂ ਆਇਆ ਆਪਣੇ ਵਾਸ ਵਿੱਚ ਹੁਣ ਕੁਝ ਵੀ ਨਹੀਂ ਸੀ ਭਾਣਾ ਮੰਨਣਾ ਹੀ ਮਪੈਣਾ ਸੀ ਸ਼ੀਸ਼ਾ ਸ਼ੀਰੀ ਪੈਣੀ ਸਾਹਿਬ ਵਿਚ ਸਾ ਸੰਗਤ ਸ਼ੀਰ ਸਾਗੁਰ ਜੀ ਨੇ ਆਖਰੀ ਦਰਸ਼ਨ ਕਰਨ ਲਈ ਕਤਾਰ ਬੱਧ ਹੋ ਕੇ ਖੜੀ ਸੀ ਐ ਪੀੜ ਸਾ ਸੰਗਤ ਦੀ ਪੀੜ ਜਿਸ ਵਿੱਚ ਹੁਲਾਸ ਹੱਸੀ ਖੁਸ਼ੀ ਨਹੀਂ ਸਗੋ ਵਿਛੋੜੇ ਸਿੱਖ ਵਿਰਾ ਦੇ ਤੇ ਅਫਸੋਸ ਦਾ ਸਮੁੰਦਰ ਵਹਿ ਰਿਆ ਸੀ ਸ਼ੀਸ਼ਾ ਗੁਰ ਜੀ ਦੇ ਛੋਟੇ ਭਰਾ ਵੀ ਮਹਾਰਾਜ ਨਿਹਾਲ ਸਿੰਘ ਜੀ ਤੇ ਬਾਬਾ ਜੰਗ ਸਿੰਘ ਜੀ ਵੀ ਸ਼ੀਸਾ ਗੁਰਜੀ ਦੇ ਅੰਤਿਮ ਦਰਸ਼ਨ ਕਰਨ ਲਈ ਸ਼੍ਰੀ ਪੈਣੀ ਸਾਹਿਬ ਪਹੁੰਚੇ ਹੋਏ ਸਨ ਗੋਲ ਮੰਦਿਰ ਦੇ ਬਾਹਰ ਸਾਧ ਸੰਗਤ ਸੇਸਕ ਰਹੀ ਸੀ ਸਾਰੇ ਆਗੂ ਲਈਏ ਤਾਂ ਸੇ ਸਤਿਗੁਰੂ ਭਟਾਪ ਸਿੰਘ ਜੀ ਤਾਂ ਸੇ ਸਤਿਗੁਰੂ ਜਗਜੀਤ ਸਿੰਘ ਜੀ